ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ਰੀ ਦੀ ਪ੍ਰੀਖਿਆ ਵਿੱਚ ਐਸਸੀ ਵਰਗ 'ਚ ਪਹਿਲਾ ਰੈਂਕ ਹਾਸਲ ਕਰਨ ਵਾਲੀ ਬਟਾਲਾ ਦੀ ਨੀਲਮ ਨੇ ਜੱਜ ਬਣ ਕੇ ਆਪਣੇ ਪਿਤਾ ਦਾ ਸਪਨਾ ਪੂਰਾ ਕੀਤਾ ਹੈ। ਬੇਸ਼ੱਕ ਪਿਤਾ ਅੱਜ ਉਸਨੂੰ ਜੱਜ ਬਣਦਿਆਂ ਵੇਖ ਨਹੀਂ ਸਕੇ, ਪਰ ਉਸਨੇ ਹਿੰਮਤ ਨਹੀਂ ਹਾਰੀ। ਦਰਅਸਲ ਇਹ ਕੋਸ਼ਿਸ਼ ਨੀਲਮ ਨੇ ਦੂਜੀ ਵਾਰ ਕੀਤੀ ਹੈ, ਜਦਕਿ ਪਹਿਲੀ ਵਾਰ ਜਦੋਂ ਉਸਦੀ ਮੁੱਖ ਪ੍ਰੀਖਿਆ ਸੀ ਤੇ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਹ ਇਮਤਿਹਾਨ ਨਹੀਂ ਦੇ ਸਕੀ। ਮੈਂ ਆਪਣੀ ਲਾਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਦਾਸਪੁਰ ਕੈਂਪਸ ਤੋਂ 2016 'ਚ ਪਾਸ ਆਊਟ ਕੀਤੀ ਅਤੇ ਬਚਪਨ ਤੋਂ ਹੀ ਮੇਰਾ ਲੀਗਲ ਸਰਵਿਸਿਜ਼ ਨੂੰ ਜੁਆਇਨ ਕਰਨ ਦਾ ਸੁਪਨਾ ਸੀ ਅਤੇ ਉਸ ਤੋਂ ਬਾਅਦ ਜੁਡੀਸ਼ਰੀ 'ਚ ਆਉਣ ਦਾ ਡਰੀਮ ਸੀ ਮੇਰਾ। ਅਤੇ ਅਪਾਰਟ ਫਰੋਮ ਮਾਈ ਡਰੀਮ, ਮੇਰੇ ਫਾਦਰ ਸਾਹਿਬ ਦਾ ਡਰੀਮ ਸੀਗਾ ਕਿ ਮੈਂ ਜੁਡੀਸ਼ਰੀ ਕਲੀਅਰ ਕਰਕੇ ਜੱਜ ਬਣਾ, ਅਤੇ ਉਹਨਾਂ ਦੇ ਡਰੀਮ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਣੀ ਜਰਨੀ ਸਟਾਰਟ ਕੀਤੀ। ਅਤੇ ਉਸ ਤੋਂ ਬਾਅਦ ਪਲੱਸ ਟੂ ਕਰਨ ਤੋਂ ਬਾਅਦ ਮੈਂ 5 ਈਅਰਸ ਲਾਅ ਜੁਆਇਨ ਕੀਤਾ ਅਤੇ 2016 'ਚ ਪਾਸ ਆਊਟ ਹੋ ਗਈ। ਉਸ ਤੋਂ ਬਾਅਦ ਮੈਂ ਆਪਣੀ ਪ੍ਰੈਪਰੇਸ਼ਨ ਸਟਾਰਟ ਕਰ ਦਿੱਤੀ ਸੀ ਅਤੇ ਪ੍ਰੈਪਰੇਸ਼ਨ ਦੇ ਦੌਰਾਨ ਮੇਰੇ ਕਾਫੀ ਜ਼ਿਆਦਾ ਮੇਰੇ ਫਰੈਂਡਸ, ਮੇਰੀ ਫੈਮਿਲੀ ਸਪੋਰਟਿਵ ਰਹੀ ਹੈ, ਮੇਰੇ ਟੀਚਰਸ ਜਿਨ੍ਹਾਂ ਦੇ ਗਾਈਡਿੰਗ ਹੈਂਡ ਦੇ ਅੰਡਰ ਮੈਂ ਆਪਣੀ ਸਾਰੀ ਪ੍ਰੈਪਰੇਸ਼ਨ ਕੀਤੀ ਅਤੇ ਹੁਣ ਮੈਂ ਅੱਜ ਸਕਸੀਡ ਕਰ ਚੁੱਕੀ ਹਾਂ। ਅਤੇ 2016 ਤੋਂ ਬਾਅਦ ਮੈਂ ਆਪਣੀ ਪ੍ਰੈਪਰੇਸ਼ਨ ਸਟਾਰਟ ਕਰ ਦਿੱਤੀ ਸੀ ਐਂਡ ਫਸਟ ਅਟੈਂਪਟ ਮੈਂ ਦਿੱਤਾ ਸੀ 2017 ਦੇ ਵਿੱਚ, ਬਟ ਉਸ ਟਾਈਮ 'ਤੇ ਮੈਂ ਮੇਨਸ ਐਗਜ਼ਾਮਸ ਆਪਣੇ ਨਹੀਂ ਦੇ ਪਾਈ ਸੀ ਕਿਉਂਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮੇਰੇ ਐਗਜ਼ਾਮ ਵਾਲੇ ਦਿਨ ਹੀ, ਅਤੇ ਮੈਨੂੰ ਵਾਪਿਸ ਆਉਣਾ ਪਿਆ ਘਰ। ਦੈਟ ਵਾਜ਼ ਬਹੁਤ ਜ਼ਿਆਦਾ ਡਿਸਕਰੇਜਿੰਗ ਫੇਜ਼ ਸੀਗਾ ਲਾਈਫ ਦਾ ਐਂਡ ਬਹੁਤ ਜ਼ਿਆਦਾ ਮਤਲਬ, ਬਟ ਉਸ ਫੇਜ਼ ਨੇ ਸਟਰੋਂਗ ਵੀ ਬਹੁਤ ਜ਼ਿਆਦਾ ਕੀਤਾ ਮੈਨੂੰ ਕਿਉਂਕਿ ਫੈਮਿਲੀ ਦੀ ਸਪੋਰਟ ਰਹੀ, ਫਰੈਂਡਸ ਦੀ ਵੀ ਸਪੋਰਟ ਰਹੀ, ਬਹੁਤ ਜ਼ਿਆਦਾ ਸਾਰਿਆਂ ਨੇ ਹੈਲਪ ਕੀਤੀ ਅੱਗੇ ਵਧਣ ਲਈ, ਅਤੇ ਉਹਨਾਂ ਦੀਆਂ ਵਿਸ਼ਿਜ਼ ਦੇ ਨਾਲ ਬਸ ਮੈਂ ਅੱਜ ਸਕਸੀਡ ਕਰ ਚੁੱਕੀ ਹਾਂ। ਸੈਕਿੰਡ ਅਟੈਂਪਟ 'ਚ ਹੁਣ ਮੇਰਾ ਕਲੀਅਰ ਹੋ ਗਿਆ ਐਗਜ਼ਾਮ ਐਂਡ ਅੱਜ ਬਹੁਤ ਅੱਛਾ ਲੱਗ ਰਿਹਾ। ਬੇਸ਼ੱਕ ਨੀਲਮ ਦੇ ਪਿਤਾ ਅੱਜ ਉਸਦੇ ਨਾਲ ਨਹੀਂ, ਪਰ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਉਹ ਆਪਣੀ ਮਿਹਨਤ ਨੂੰ ਰੰਗ ਲਾ ਪਾਈ ਹੈ। 2016 'ਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ 2018 'ਚ ਉਸਨੇ ਪਹਿਲੀ ਕੋਸ਼ਿਸ਼ ਕੀਤੀ ਅਤੇ ਹੁਣ ਉਸਨੇ ਦੂਜੀ ਵਾਰ ਕੋਸ਼ਿਸ਼ ਨਹੀਂ ਬਲਕਿ ਕਰਕੇ ਵਿਖਾਇਆ ਹੈ। ਬਟਾਲਾ ਤੋਂ ਵਿਕਰਮ ਚੀਮਾ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।